ਖਾਲੀ ਨਾ ਮੋੜੀ ਤੈਬਾ ਦੇ ਸਾਈਆਂ, ਜੱਗ ਛੱਡ ਕੇ ਸਾਰਾ ਤੇਰੇ ਦਰ ਤੇ ਆਈਆਂ। ਤੇਰੇ ਮੰਗਤੇ ਆਂ ਦਾ ਰੁਤਬਾ ਕਮਾਲ ਏ, ਕੋਈ ਉਵੈਸੇ ਤੇ ਕੋਈ ਬਿਲਾਲ ਏ। ਹਜ਼ਰਤ ਬਿਲਾਲ ਹਬਸ਼ੀ ਰਜ਼ੀ ਅੱਲਾਹੁ ਤਾਲਾ ਅਨਹੋ, ਹਜ਼ੂਰ ਦਾ ਐਸਾ ਗੁਲਾਮ ਏ, ਜ਼ਾਹਰੀ ਤੌਰ ਤੇ ਰੰਗ ਕਾਲਾ ਏ, ਹੋਂਠ ਮੋਟੇ ਮੋਟੇ ਨੇ, ਤੇ ਰੱਬ ਨੇ ਮਕਾਮ ਕਿਤਨਾ ਦਿੱਤਾ 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 ਇਸ਼ਕੇ ਨਬੀ ਵਿੱਚ ਇੰਜ ਸੜੇ ਜਿਵੇਂ ਸੜਨ ਦਾ ਹੱਕ ਹੁੰਦਾ ਹੈ। ਰੱਬ ਸਾਨੂੰ ਵੀ ਬਿਲਾਲ ਹਬਸ਼ੀ ਵਾਲੀ ਮੁਹੱਬਤ ਅਤਾ ਫਰਮਾਏ। ਗਰਮ ਰੇਤ ਉੱਤੇ ਲਿਟਾਇਆ ਜਾ ਰਿਹਾ ਹੈ, ਜਿਸਮ ਦੇ ਅੰਦਰ ਮੇਖਾਂ ਠੋਕੀਆਂ ਜਾ ਰਹੀਆਂ ਨੇ, ਤਰ੍ਹਾਂ ਤਰ੍ਹਾਂ ਦੇ ਜ਼ੁਲਮ ਸਤਮ ਕੀਤੇ ਜਾ ਰਹੇ ਨੇ। ਕਹਿੰਦੇ ਨੇ ਇੱਕ ਨਾਂ ਛੱਡ ਦੇ ਤੇ ਤੈਨੂੰ ਛੱਡ ਦਿਆਂਗੇ। ਉਹ ਕਹਿੰਦਾ ਇਹ ਜਾਨ ਤੇ ਜਾ ਸਕਦੀ ਏ, ਇਹ ਜਾਨ ਤੇ ਜਾ ਸਕਦੀ ਏ, ਪਰ ਸੋਨੇ ਦਾ ਨਾਂ ਤੇ ਨਹੀਂ ਜਾ ਸਕਦਾ ਨਾ। ਅਸੀਂ ਨਾਰਾ ਲਾਨੇ ਆ ਗੁਲਾਮੀ ਰਸੂਲ ਮੇ ਮੌਤ ਵੀ ਕਬੂਲ ਹੈ। ਬਾਹਰ ਕੀ ਚੀਜ਼ ਹੈ ਵੇਖੋ, ਇਹ ਬੱਚੇ ਜਾ ਰਹੇ ਨੇ, ਜਾਂ ਇਹਨਾਂ ਨੂੰ ਪੱਕਾ ਪੱਕਾ ਭੇਜ ਦਿਓ ਜਾਂ ਫਿਰ ਬਿਠਾ ਲਓ ਜਾਓ। ਮਾਸ਼ਾਅੱਲਾ, ਜ਼ਰਾ ਮਹਿਫਿਲ ਚ ਬਦ ਹਜ਼ਮੀ ਪੈਦਾ ਨਹੀਂ ਹੋਣੀ ਚਾਹੀਦੀ, ਠੀਕ ਹੈ। ਅਗਰ ਘਰ ਜਾਣਾ ਚਾਹੁੰਦੇ ਨੇ ਤੇ ਬੇਸ਼ੱਕ ਬੱਚੇ ਚਲੇ ਜਾਓ, ਠੀਕ ਹੈ। ਅਗਰ ਨਹੀਂ ਜਾਣਾ ਤੇ ਫਿਰ ਇੱਥੇ ਬਹਿ ਜਾਓ, ਠੀਕ ਹੈ ਨਾ। ਸਾਰੇ ਇੱਕ ਵਾਰੀ ਮਿਲ ਕੇ ਆਖੋ ਸੁਭਾਨ ਅੱਲਾਹ। ਜਿਤਨੇ ਮਰਜ਼ੀ ਜ਼ੁਲਮ ਸਿਤਮ ਕਰ ਲੋ, ਮੇਖਾਂ ਠੋਕ ਲੋ, ਗਰਮ ਰੇਤ ਤੇ ਲਿਟਾ ਲੋ, ਪਰ ਮੈਂ ਸੋਨੇ ਦਾ ਨਾ ਨਹੀਂ ਛੱਡ ਸਕਦਾ, ਨਾ ਨਹੀਂ ਛੱਡ ਸਕਦਾ। ਜੇ ਨਾ ਨਹੀਂ ਛੱਡਿਆ ਸਰਕਾਰ ਦਾ ਨਾਲ ਇਤਨੀ ਮੁਹੱਬਤ ਕੀਤੀ ਏ, ਫਿਰ ਉਹ ਟਾਈਮ ਆ ਗਿਆ ਸੀ ਮੇਰੇ ਆਕਾ ਦੀ ਬਾਰਗਾਹ ਚ ਬਿਲਾਲ ਜ਼ਾਹਰੀ ਤੌਰ ਤੇ ਆ ਗਿਆ ਸੀ। ਵਾਹ ਵਾਹ, ਕੈਸਾ ਮਕਾਮ ਹੈ ਬਿਲਾਲ ਤੇਰਾ, ਤੂੰ ਕੀਤਾ ਕਿਹੜਾ ਕੰਮ ਏ? ਉਹ ਇੱਕੋ ਹੀ ਕੰਮ ਕੀਤਾ, ਉਹਨੇ ਸਰਕਾਰ ਨਾਲ ਮੁਹੱਬਤ ਕੀਤੀ ਏ। ਹਾਂਜੀ, ਇਨਹੇ ਜਾਣਾ ਇਨਹੇ ਮਾਨਾ ਨਾ ਰੱਖਾ ਗੈਰ ਸੇ ਕਾਮ, ਲਿਲਾ ਅਲਹਮਦ ਮੈਂ ਦੁਨੀਆ ਸੇ ਮੁਸਲਮਾਨ ਗਿਆ। ਇਤਨੀ ਮੁਹੱਬਤ ਕੀਤੀ ਏ ਤੇ ਮਕਾਮ ਕੀ ਮਿਲਿਆ? ਮੇਰੇ ਆਕਾ ਫਰਮਾਂਦੇ ਨੇ ਕਿਆਮਤ ਵਾਲੇ ਦਿਨ ਮੈਂ ਜਿਸ ਸਵਾਰੀ ਤੇ ਸਵਾਰ ਹੋ ਕੇ ਜੰਨਤ ਜਾਣਾ ਏ, ਉਹਦੀ ਮੁਹਾਰ ਬਿਲਾਲ ਦੇ ਹੱਥ ਚ ਹੋਏਗੀ। ਬਿਲਾਲ ਅੱਗੇ ਅੱਗੇ, ਮੁਹੰਮਦ ਦੀ ਸਵਾਰੀ ਪਿੱਛੇ 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 ਪਿੱਛੇ। ਸਭ ਤੋਂ ਪਹਿਲੇ ਫਿਰ ਬਿਲਾਲ ਜੰਨਤ ਜਾਣਾ ਹੈ, ਇਹ ਮਕਾਮ ਫਿਰ ਬਿਲਾਲ ਹਬਸ਼ੀ ਨੂੰ ਰੱਬ ਨੇ ਅਤਾ ਕੀਤਾ। ਤੇ ਅਸੀਂ ਵੀ ਐਸੇ ਅਸ਼ਕ ਰਸੂਲ ਬਣ ਜਾਈਏ, ਐਸੇ ਅਸ਼ਕ ਰਸੂਲ ਬਣ ਜਾਈਏ ਕਿ ਜਿਤਨੀਆਂ ਮਰਜ਼ੀਆਂ ਜਨਾਬੇ ਵਾਲਾ ਮੁਸ਼ਕਿਲਾਂ ਆ ਜਾਣ, ਜਿਤਨੀਆਂ ਮਰਜ਼ੀਆਂ ਪਰੇਸ਼ਾਨੀਆਂ ਆ ਜਾਣ, ਲੇਕਿਨ ਪਿੱਛੇ ਨਹੀਂ ਹਟਣਾ, ਅੱਗੇ ਹੋਣਾ ਹੈ, ਅੱਗੇ ਹੋਣਾ ਹੈ। ਇਹ ਤੇ ਫਿਰ ਆਉਂਦੀਆਂ ਰਹਿੰਦੀਆਂ ਨੇ। ਮੋਟੀ ਜਿਹੀ ਮਿਸਾਲ ਮੈਂ ਪੇਸ਼ ਕੀਤੀ ਹੈ ਬਿਲਾਲ ਹਬਸ਼ੀ ਦੇ ਨਾਲ, ਕਿਤਨੇ ਜ਼ੁਲਮ ਹੁੰਦੇ ਸੀ, ਕਿਤਨਾ ਸਿਤਮ ਹੁੰਦਾ ਸੀ, ਲੇਕਿਨ ਸਾਡੇ ਨਾਲੋਂ ਤੇ ਜ਼ਿਆਦਾ ਜ਼ੁਲਮ ਨਹੀਂ ਹੋਇਆ ਨਾ। ਹਾਂਜੀ, ਸਾਡੇ ਨਾਲ ਤੇ ਬੜਾ ਜ਼ੁਲਮ ਹੋ ਗਿਆ, ਕਾਰੀ ਸਾਹਿਬ ਬੜਾ ਜ਼ੁਲਮ ਹੋ ਗਿਆ ਬਈ। ਉਹ ਇੱਕ ਵਾਰੀ ਨਿਊਜ਼ ਆ ਜਾਏ ਬਈ ਇੰਜ ਹੋ ਗਿਆ, ਕਰੈਕ ਡਾਊਨ ਹੋ ਗਿਆ, ਤੇ ਅਸੀਂ ਡਰ ਕੇ ਪਿੱਛੇ ਅਸੀਂ ਪਿੱਛੇ ਵੜ ਜਾਂਦੇ ਹਾਂ, ਅਸੀਂ ਲਿਖ ਕੇ ਦੇ ਦਿੰਦੇ ਹਾਂ ਕਿ ਸਾਡਾ ਰਸੂਲ ਨਾਲ ਤਲਕ ਹੀ ਨਹੀਂ ਹੈ। ਹਾਂਜੀ, ਇਹ ਫਿਰ ਸਰਕਾਰ ਨੇ ਪੁੱਛਣਾ ਕਿਆਮਤ ਵਾਲੇ ਦਿਨ, ਤੂੰ ਤੇ ਲਿਖ ਕੇ ਦਿੱਤਾ ਸੀ ਨਾ ਕਿ ਮੇਰੇ ਨਾਲ ਤੇਰਾ ਤਲਕ ਨਹੀਂ ਹੈ, ਇੰਜ ਨਹੀਂ। ਸਾਹਬਾਂ ਦੀ ਜ਼ਿੰਦਗੀ ਨੂੰ ਵੇਖੋ, ਉਹਨਾਂ ਦਰਿਆਵਾਂ 'ਚ ਘੋੜੇ ਇੰਜ ਨਹੀਂ ਸਿੱਟੇ, ਇਮਾਨ ਪੱਕਾ ਸੀ, ਮੁਹੱਬਤ ਸੱਚੀ ਸੀ। ਆਓ ਮਹਿਫਲ ਪਾਕ ਨੂੰ ਲੈ ਕੇ ਚੱਲਦੇ ਹਾਂ ਸਾਰੇ ਕਰੀ ਬੁਲੰਦ ਆਵਾਜ਼ ਨਾਲ ਕਹੋ ਸੁਭਾਨ ਅੱਲਾਹ। ਅਸਟੇਜ ਤੇ ਮਾਸ਼ਾਅੱਲਾ ਸ਼ੁਰਤ ਯਾਫਤ ਨਾਥ ਖਾਨ ਭਾਈ ਮੁਹੰਮਦ, ਆਸਿਫ ਅਲੀ ਹਾਸ਼ਮੀ ਕਾਦਰੀ ਸਾਹਿਬ, ਇਹਨਾਂ ਨੂੰ ਮਾਈਕ ਪੇਸ਼ ਕਰਨਾ ਹੈ। ਔਰ ਇਹਨਾਂ ਦੀ ਮੇਰੀ ਪਹਿਲੀ ਹਾਜ਼ਰੀ ਹੈ ਫੇਸਬੁੱਕ ਤੇ, ਮੈਂ ਮੋਤੀ ਵਾਰੀ ਵੇਖਿਆ, ਯੂਟਿਊਬ ਤੇ ਵੀ ਕਲਾਮ ਸੁਣੇ। ਅੱਜ ਮੇਰੇ ਸਾਹਮਣੇ ਮੈਂ ਕਹਿੰਦਾ ਇਹਨਾਂ ਨੂੰ ਦਾਵਾ ਦੇਣ ਤੋਂ ਪਹਿਲੇ ਇਹਨਾਂ ਨੂੰ ਇੱਕ ਕਲਾਮ ਹੀ ਸੁਣਾ। ਕਲਾਮ ਕੈਸਾ ਹੈ? ਫਰੀਦਕੋਟ ਵਾਲੇ ਤਵੱਜੋ ਕਰੋ। ਅੱਜ ਮਹਿਫਿਲ ਸੱਜੀ ਮੇਰੇ ਆਕਾ ਦੀ ਏ, ਕੋਈ ਪੜੀ ਜਾਂਦਾ, ਕੋਈ ਸੁਣੀ ਜਾਂਦਾ। ਅੱਛਾ, ਅਸੀਂ ਬਣਾ ਲਿਆ ਨਕੀਬਾਂ ਨੂੰ ਚਸਕਾ। ਉਹ ਨਕੀਬ ਸੱਦੋ ਜਿਹੜਾ ਬਹੁਤਾ ਹੀ ਜ਼ੋਰ ਲਾਉਂਦਾ ਹੋਵੇ, ਭਾਵੇਂ ਮਸਜਿਦ ਦੇ ਅਦਬ ਨੂੰ ਹੀ ਭੁੱਲ ਜਾਏ। ਉਹ ਨਕੀਬ ਸੱਦੋ ਜਿਹੜਾ ਬਹੁਤਾ ਹੀ ਸ਼ੇਰ ਪੜਦਾ ਹੋਵੇ, ਪਤਾ ਨਾ ਹੋਵੇ ਸ਼ੇਰ ਦੀ ਤਸ਼ਰੀਹ ਕੀ ਏ। ਲੇਕਿਨ ਤਵੱਜੋ ਕਰੋ, ਇਹ ਚਸਕਾ ਨਾ ਬਣਾਇਆ ਕਰੋ। ਸਰਕਾਰ ਦੇ ਜ਼ਿਕਰ ਦੀ ਮਹਿਫਿਲ ਦੇ ਵਿੱਚ ਕੋਈ ਛੋਟਾ ਆਏ, ਕੋਈ ਵੱਡਾ ਆਏ, ਕੋਈ ਅਮੀਰ ਆਏ, ਕੋਈ ਗਰੀਬ ਆਏ, ਸਾਡਾ ਕੰਮ ਹੈ ਜ਼ਿਕਰ ਕਰਨਾ ਤੇ ਸੁਣਨਾ।
گج کیا خزرا سبحان اللہ آصف بھائی توجہ کرنا تسی بھی آصف صاحب ہو تے پروں آصف سلطانی بیٹھے ماشاءاللہ رنگ لگ گئے نے اج محفل سچی میرے آقا دی اے کوئی پڑھی جاندا کوئی سنی جاندا ایک خیال نہیں رکھ دے سنن والے کوئی سن کے خوش ہوندا کوئی مری جاندا اوئے نعرے وجدے میرے آقا دے نے کوئی سڑی جاندا کوئی ٹھری جاندا پتہ لگدا ہے کون ٹھردا ہے نعرہ رسالت نعرہ رسالت گج وج کے صحت مند وانگو نعرہ رسالت بھئی آج محفل سچی میرے آقا دی اے کوئی پڑھی جاندا کوئی سنی جاندا ایک خیال نہیں رکھ دے سنن والے کوئی سن کے خوش ہوندا اوئے کوئی مری جاندا نعرے بجدے میرے آقا دے نے کوئی سڑی جاندا کوئی ٹھری جاندا دریاواں اپنی موج لینی کوئی ڈبی جاندا کوئی تری جاندا اوئے ناصر میں منگتا اس نبی دا واں جڑا سب دیاں جھولیاں بھری جاندا واہ 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 خدا کلہ اللہ تعالی محبت نوں قبول فرمائے ناصر میں منگتا اس نبی دا واں میں منگتا اس نبی دا واں اوئے جڑا سب دیاں جھولیاں بھری جاندا پھر آؤ حاتم تائی دا وی سن لو حاتم تائی ایک بادشاہ گزرے ہے او دے محل دے 8 دروازے سی تے ماشاءاللہ ہر دروازے چ تھوڑی تھوڑی خیرات دیندا سی منگتا خوش ہو کے چلا جاندا سی لیکن عاشق نے قلم چکیے کمال کیتا ہے کہ کی کہندے نے حاتم تائی دا بڑا مشہور قصہ سنیا منگدیا نال سی بڑا پیار کردا او دے محل دے 8 دروازے منگتا بوئے بوئے جا سوال کردا